ਅੱਜ ਦੀ ਕਹਾਣੀ ਸਰਨਾਵੇਂ ਡੰਗ ਤਲੋਹੋਰੀ ਪਿੱਛੋਂ ਗੁਜਰਾਂ ਵਾਲੇ ਦੇ ਸਨ। ਤਲੋ ਦਾ ਪਿਓ ਕਚਹਿਰੀਆਂ ਵਿੱਚ ਕਲਰਕੀ ਕਰਦਾ, ਜ਼ਿਲ੍ਹੇ ਤਹਿਸੀਲਾਂ ਫਿਰਦਾ, ਅਫਸਰ ਹੋਇਆ ਅਤੇ ਉਹ ਸਾਡੇ ਸ਼ਹਿਰ ਆ ਗਿਆ। ਇੱਥੇ ਉਹਨਾਂ ਨੂੰ ਆਉਂਦਿਆਂ ਸਾਰ ਸਰਕਾਰੀ ਕੁਆਟਰਾਂ 'ਚ ਇੱਕ ਵੱਡਾ ਕੁਆਟਰ ਮਿਲ ਗਿਆ। ਤਲੋ ਪਿੱਛੋਂ ਹੀ ਬੀ ਏ ਵਿੱਚ ਅੜਿਆ ਆਇਆ ਸੀ। ਕੋਈ ਦੋ ਮਜ਼ਮੂਨ ਉਹਨੂੰ ਅਜਿਹੇ ਮੋੜੀ ਬਣ ਕੇ ਚੰਬੜੇ ਸਨ ਕਿ ਉਹਦੀ ਜਾਨ ਛੱਡਣ ਦਾ ਨਾਂ ਹੀ ਨਹੀਂ ਸਨ ਲੈਂਦੇ। ਮੇਰੀ ਉਦੋਂ ਬੀ ਏ 'ਚ ਪਹਿਲੀ ਵਾਰੀ ਸੀ। ਪੱਕੇ ਇਮਤਿਹਾਨ ਹੁੰਦੇ ਪਏ ਸਨ। ਆਪਣੇ ਯਾਰ ਸ਼ੀਨਿਆਂ ਨੂੰ ਮੈਂ ਬਾਹਰੋਂ ਆ ਕੇ ਹੱਥ ਭੱਲਾ ਮਾਰੀ ਰੱਖਣ ਦਾ ਆਖਿਆ ਆਇਆ ਸੀ। ਉਂਝ ਵੀ ਸੈਂਟਰ ਖੁੱਲ੍ਹਾ ਡੁੱਲਾ ਸੀ। ਅੰਦਰ ਵੜਦਿਆਂ ਸਾਰ ਅਤੇ ਅਗਲੇ ਅਜਿਹੀ ਕਰੜੀ ਤਲਾਸ਼ੀ ਲੈਂਦੇ ਸਨ ਕਿ ਪੁਲਿਸ ਨੇ ਵੀ ਕੀ ਲੈਣੀ। ਜੋ ਕੁਝ ਬੰਦਾ ਘਰੋਂ ਲੈ ਕੇ ਆਉਂਦਾ ਸਾਰਾ ਹੀ ਕਢਾ ਕੇ ਬਾਹਰ ਧਰਾ ਦਿੰਦੇ। ਅੱਧੇ ਕੁ ਵੇਲੇ ਤਾਂ ਤਾਂ ਕਿਸੇ ਨੂੰ ਆਪਣੀ ਥਾਂ 'ਤੇ ਹਿੱਲਣ ਜੁੱਲਣ ਦੀ ਵੀ ਇਜਾਜ਼ਤ ਨਾ ਹੁੰਦੀ। ਪਰ ਜਿਵੇਂ ਹੀ ਅੱਧਾ ਵੇਲਾ ਟੱਪਦਾ ਸੁਪਰਡੈਂਟ ਅਤੇ ਉਹਦਾ ਸਾਰਾ ਅਮਲਾ ਜਿਵੇਂ ਉਹ ਪਹਿਲੇ ਵਾਲਾ ਰਹਿ ਹੀ ਨਾ ਜਾਂਦੇ। ਬਾਹਰ ਬਾਰੀਆਂ ਰੋਸ਼ਨਦਾਨਾਂ ਦੀ ਪਰ ਅਤੇ ਖਲੋਤਾ ਪੁਲਿਸ ਦਾ ਇੱਕ ਅੱਧਾ ਸੰਤਰੀ ਵੀ ਢਿੱਲਾ ਪੈ ਜਾਂਦਾ। ਪਰ ਢਿੱਲਾ ਇੰਨਾ ਕੋਈ ਵੀ ਜਿਹੜਾ ਕੋਈ ਉਹਦੇ ਨਾਲ ਮੋਠਰ ਲਾ ਲੈਂਦਾ ਉਹਨੂੰ ਬਾਰੀ ਰੋਸ਼ਨਦਾਨ ਨੇੜੇ ਜਾ ਕੇ ਬੂਟੀ ਅੰਦਰ ਸੁੱਟਣ ਦੀ ਖੁੱਲ੍ਹ ਮਿਲ ਜਾਂਦੀ। ਅੰਦਰਲੇ ਵੀ ਸੌ ਸੌ ਦੋ ਦੋ ਸੌ ਦੇ ਚੱਕਰ 'ਚ ਪੈ ਜਾਂਦੇ ਅਤੇ ਪਹਿਲੇ ਅੱਧੇ ਟਾਈਮ ਦੀ ਸਖਤੀ ਦੀਆਂ ਸਾਰੀਆਂ ਹੀ ਕਸਰਾਂ ਨਿਕਲ ਜਾਂਦੀਆਂ। ਪੇਪਰ ਮੁੱਕਦਾ ਅਤੇ ਹਾਲ ਦੀ ਡਿਉੜੀ ਵਿੱਚ ਮੇਲਾ ਲੱਗ ਜਾਂਦਾ। ਬਾਹਰ ਖਲੋ ਕੇ ਮਾਲ ਅਪੜਾਵਣ ਵਾਲਾ ਕੁੱਲ ਇਮਦਾਦੀ ਸੈਂਟਰ ਦੇ ਬੂਹੇ ਅੱਗੇ ਆਣ ਟੁੱਕਦਾ। ਪਰਚਾ ਦੇ ਕੇ ਬੰਨੇ ਆਉਣ ਵਾਲਿਆਂ ਦੇ ਮੂੰਹ ਵੇਖਣ ਵਾਲੇ ਹੁੰਦੇ। ਜਿਸ ਕਿਸੇ ਬਾਹਰੋਂ ਆਪਣੇ ਸਾਰੇ ਸੌਦੇ ਨੂੰ ਆਨਸਰ ਸ਼ੀਟ 'ਤੇ ਬਿਲੇ ਲਾ ਲਿਆ ਹੁੰਦਾ ਉਹਦੇ ਮੂੰਹ 'ਤੇ ਇੰਜ ਖੁਸ਼ੀ ਦੀਆਂ ਛੱਲਾਂ ਵੱਜਦੀਆਂ ਪਈਆਂ ਹੁੰਦੀਆਂ ਜਿਵੇਂ ਉਹ ਕਿਸੇ ਬੜੇ ਵੱਡੇ ਅਤੇ ਬਾਰੇ ਵੈਰੀ ਨੂੰ ਕੰਢ ਪਰਨੇ ਸੁੱਟ ਕੇ ਜੇਤੂ ਹੋਇਆ ਪਰਤਦਾ ਪਿਆ ਹੋਵੇ। ਬੂਹਿਓਂ ਬੰਨੇ ਆਉਂਦਿਆਂ ਸਾਰ ਹੀ ਉਹ ਆਪਣੇ ਰਸਦੀਆਂ ਦੇ ਹੱਥਾਂ ਉੱਤੇ ਹੱਥ ਮਾਰਦਾ ਅਤੇ ਗਲਵੱਕੜੀ ਪਾ ਪਾ ਕੇ ਮਿਲਦਾ ਅਤੇ ਜਿਹਦਾ ਕਿਸੇ ਦਾ ਕੰਮ ਜ਼ਰਾ ਢਿੱਲਾ ਮੱਠਾ ਰਹਿ ਗਿਆ ਹੁੰਦਾ ਉਹ ਨਿਕਲਦਾ ਵੀ ਅੰਦਰੋਂ ਠਰਿਆ ਠਰਿਆ ਹੀ ਅਤੇ ਵਾਰਸਾਂ ਨੂੰ ਟੱਕਰਦਾ ਵੀ ਲੱਥ ਮੂੰਹ ਨਾਲ। ਪਹਿਲੀ ਸ਼ਿਫਟ ਦਾ ਪੇਪਰ ਮੁੱਕਣ 'ਤੇ ਦੂਜੀ ਸ਼ਿਫਟ ਵਾਲੇ ਉਮੀਦਵਾਰ ਵੀ ਵਾਹਵਾ ਗਿਣਤੀ ਵਿੱਚ ਆਏ ਹੁੰਦੇ। ਪੇਪਰ ਦਾ ਅੰਦਾਜ਼ਾ ਲਾਵਣ ਅਤੇ ਫਿਰ ਉਹਦੇ ਹਿਸਾਬ ਨਾਲ ਵਿਹਲੇ ਸਿਰ ਆਪਣਾ ਆਪਣਾ ਸਾਮਾ ਕਰਨ ਲਏ। ਮੇਰੇ ਪੇਪਰ ਠੀਕ ਹੀ ਪਏ ਹੁੰਦੇ ਸਨ। ਉਂਝ ਵੀ ਸ਼ੀਨਾ ਬੜਾ ਕਾਰੀਗਰ ਬੰਦਾ ਸੀ। ਸ਼ਹਿਰ 'ਚ ਢੇਰ ਸਾਰੇ ਲੋਕਾਂ ਨਾਲ ਉਹਦੀ ਚੰਗੀ ਚੋਖੀ ਜਾਣ ਪਛਾਣ ਸੀ। ਉੱਤੋਂ ਵੇਲੇ ਸਿਰ ਓਪਰੇ ਤੋਂ ਓਪਰੇ ਬੰਦੇ ਨੂੰ ਹੱਥ ਬਸ ਵਿੱਚ ਕਰਕੇ ਕੰਮ ਕੱਢ ਲੈਣ ਦਾ ਹੁਨਰ ਵਰਤਣਾ ਆਉਂਦਾ ਸੱਸ। ਮੈਨੂੰ ਮਣਕ ਸੀ ਅਤੇ ਇੱਕੋ ਗੱਲ ਦਾ ਵੀ ਦੋ ਮਾਠੇ ਜਿਹੇ ਮਜ਼ਮੂਨਾਂ ਦੇ ਪਰਚੇ ਮੈਂ ਐਵੇਂ ਇਸ ਵਾਰ 'ਤੇ ਪਾ ਛੱਡੇ ਸਨ। ਉਸ ਵਾਰੀ ਚੰਗਾ ਟਾਂਗ ਲੱਗਾ ਹੋਇਆ ਸੀ ਪਰ ਦੇ ਛੱਡਦਾ ਅਤੇ ਉਦੋਂ ਹੀ ਜਿੰਦ ਛੁੱਟ ਜਾਣੀ ਸੀ। ਪਰ ਹੁਣ ਕੀ ਕੀਤਾ ਜਾ ਸਕਦਾ ਸੀ। ਇੱਕ ਦਿਨ ਮੈਂ ਸ਼ੀਨੇ ਦੀ ਬਾਹਰੋਂ ਰਸਦ ਨਾਲ ਪੇਪਰ ਗੱਡ ਕੇ ਪੂਰੇ ਟਾਈਮ 'ਤੇ ਬੰਨੇ ਨਿਕਲਿਆ ਅਤੇ ਮੈਨੂੰ ਉਹਦੇ ਨਾਲ ਇੱਕ ਓਪਰਾ ਜਿਹਾ ਛੋਹਰ ਜੁੜ ਕੇ ਖਲੋਤਾ ਆ ਬਖਾਲੀ ਦਿੱਤਾ। ਮਧਰਾ ਜਿਹਾ ਕੱਦ, ਪਤਲਾ ਮੂੰਹ,
ਵੱਡਾ ਸਾਰਾ ਨੱਕ, ਸੌੜਾ ਭੀੜਾ ਮੱਥਾ ਤੇ ਸਵਾ ਰੰਗਤ ਵਾਲਾ, ਇਹ ਛੋਰ ਮੈਨੂੰ ਵਾਹਵਾ ਹੀ ਲਿਸ਼ਕੀਲਾ ਜਿਹਾ ਜਾਪਿਆ। ਮੈਂ ਸੋਚਿਆ ਸ਼ੀਨੇ ਦਾ ਕਿਹੜਾ ਕੋਈ ਇੱਕ ਜਾਣੂ ਹੈ, ਨਾਲੇ ਅਜੇ ਮਸਾਂ ਵਰ੍ਹਾ ਹੀ ਤਾਂ ਹੋਇਆ ਸਾਸੂ, ਇਸੇ ਕਾਲਜੋਂ BSC ਕਰਕੇ ਨਿਕਲਿਆ, ਇੱਥੋਂ ਹੀ ਕੋਈ ਟੱਕਰ ਪਿਆ ਹੋਵੇਗਾ ਕੋਈ ਪੁਰਾਣਾ ਬੇਲੀ। ਹੋਰ ਵੀ ਕਿੰਨੇ ਸਾਰੇ ਮੁੰਡੇ ਖਲੋਤੇ ਹੋਏ ਸਨ। ਖੈਰ ਮੈਂ ਉਹਦੇ ਨੇੜੇ ਅਪੜਿਆ ਅਤੇ ਉਹ ਮੈਨੂੰ ਪਰਚੇ ਦਾ ਪੁੱਛਣ ਦੀ ਥਾਂ ਛੇਤੀ ਨਾਲ ਉਸ ਮੁੰਡੇ ਤੋਂ ਜਾਣੂ ਕਰਾਉਣ ਲੱਗ ਪਈ, ਇਹਨੂੰ ਮਿਲ, ਇਹ ਹੀ ਸਾਡੇ ਲਈ ਨਵਾਂ ਪਰ ਸੀਨੀਅਰ ਸਾਥੀ ਤਲੋਹਾਂ, ਗੁਜਰਾਂ ਵਾਲੇ ਤੂੰ ਸਜਰਾ ਸਜਰਾ ਆਇਆ, ਇਮਤਿਹਾਨਾਂ ਤੋਂ ਮਗਰੋਂ ਸਾਡੇ ਨਾਲ ਪਾਰਟੀ ਦਾ ਕੰਮ ਕਰਿਆ ਕਰੇਗਾ। ਅਤੇ ਉਹ ਛੋਰ ਜਿਹਦਾ ਨਾਂ ਸ਼ੀਨੇ ਨੇ ਤਲੋ ਕਰਕੇ ਲਿਆ ਸੀ, ਛੇਤੀ ਨਾਲ ਟਪੋਸੀ ਮਾਰ ਕੇ ਅੱਗੇ ਆ ਗਿਆ ਅਤੇ ਬੁੱਲਾਂ ਉੱਤੇ ਬੜੀ ਅਕਹਿਰੀ ਜੀ ਮੁਸਕਣੀ ਖਿਲਾਰਦਾ ਹੋਇਆ ਮੇਰੀ ਹਿੱਕ ਨਾਲ ਲੱਗ ਗਿਆ। ਮੇਰੇ ਤੋਂ ਵਿਹਲਾ ਹੋ ਕੇ ਛੇਤੀ ਨਾਲ ਹੀ ਉਹ ਸ਼ੀਨੇ ਦੇ ਨਾਲ ਫਿਰ ਆਪਣੇ ਪਹਿਲੇ ਵਾਲੇ ਆਰੇ ਲੱਗ ਗਿਆ। ਘਰੋਂ ਉਹ ਵੀ ਪੇਪਰ ਦੇਣ ਹੀ ਆਇਆ ਹੋਇਆ ਸੀ, ਹੱਥ 'ਚ ਫੜੇ ਦਫੁੱਟੇ ਅਤੇ ਇੱਕ ਅੱਧੀ ਮੋਟੀ ਜਿਹੀ ਗਾਈਡ ਤੋਂ ਅਤੇ ਇੰਜੀ ਜਾਪਦਾ ਸੀ। ਪਰ ਜਿਸ ਸਪੀਡ ਨਾਲ ਉਹ ਸਿਗਰਟ ਪਿਆ ਛਿੱਕਦਾ ਸੀ, ਉਹਦੇ ਤੋਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਨਿਰੀ ਪੂਰੀ ਮਿਲਣੀ ਵਰਤਣੀ ਜਾਂ ਸ਼ੁਗਲ ਮੇਲੇ ਲਈ ਉੱਥੇ ਅਪੜਿਆ ਸੀ। ਮੈਨੂੰ ਸ਼ੀਨੇ ਤੋਂ ਵੀ ਕੁਛ ਚਾਰ ਹੱਥ ਤਰੀਖਾ ਹੀ ਨਜ਼ਰੀ ਪਿਆ। ਖੈਰ ਸ਼ੀਨੇ ਦਾ ਹਾਲੇ ਉੱਥੋਂ ਹਿੱਲਣ ਦਾ ਕੋਈ ਇਰਾਦਾ ਨਹੀਂ ਸੀ, ਇਸ ਲਈ ਮੈਂ ਵੀ ਉੱਥੇ ਉਹਨਾਂ ਦੇ ਕੋਲ ਹੀ ਖਲੋ ਗਿਆ ਇੱਕ ਪਾਸੇ ਜਿਹਾ ਹੋ ਕੇ। ਤਲੋ ਅਤੇ ਸ਼ੀਨੇ ਨੇ ਮੇਰੇ ਆਉਣ ਤੋਂ ਅਗਦੀ ਵਾਹਵਾ ਅਖਾੜਾ ਲਾਇਆ ਹੋਇਆ ਸੀ। ਦੋਵੇਂ ਜਣੇ ਰਲ ਕੇ ਆਪਣੇ ਆਲ ਦੁਆਲੇ ਖਲੋਤੇ ਵਾਕਫਾਂ ਬੇਲੀਆਂ ਅਤੇ ਹੋਰ ਸੱਜਿਓਂ ਖੱਬਿਓਂ ਲੰਘਦੇ ਟੱਪਦਿਆਂ ਦਾ ਮੌਜੂ ਪੈ ਲਾਉਂਦੇ ਸਨ ਅਤੇ ਦੇਹ ਹੱਸ ਹੱਸ ਕੇ ਨਲੇਟ ਪੈ ਆਉਂਦੇ ਸਨ। ਮੈਂ ਵੇਖਿਆ ਤਾਂ ਲੋਕ ਕੁਝ ਚੋਖਾ ਹੀ ਗਲਾਦੜੀ ਸੀ, ਉਹ ਕਿਸੇ ਨੂੰ ਵੀ ਨਹੀਂ ਸੀ ਪਿਆ ਬਖਸ਼ਦਾ, ਇੰਝ ਜਿਵੇਂ ਸਾਰਿਆਂ ਨੂੰ ਚਿਰਾਂ ਤੋਂ ਜਾਣਦਾ ਬੁੱਝਦਾ ਹੋਵੇ। ਉਹ ਗੱਲ ਗੱਲ ਉੱਤੇ ਸ਼ੀਨੇ ਨਾਲ ਹੱਥ ਮਿਲਾਉਂਦਾ, ਉੱਚੀ ਸਾਰੀ ਠਾਕਾ ਮਾਰਦਾ ਅਤੇ ਫਿਰ ਕੋਈ ਅਗਲੀ ਜੋੜ ਜੁਗਤ ਬਣਾਉਣ ਲੱਗ ਪਾਉਂਦਾ। ਇੱਕ ਹੋਰ ਉਹ ਕੰਮ ਬੜਾ ਜਪਿਆ ਕਰਦਾ ਸੀ, ਉਹ ਇਹ ਵੀ ਆਲ ਦੁਆਲਿਓਂ ਜ਼ਰਾ ਕੋਈ ਸੌਖੇ ਸੁਖੱਲੇ ਘਰ ਦਾ ਥਿੰਦਾ ਚੀਕਣਾ ਮੁੰਡਾ ਉਹਦੀ ਨਜ਼ਰੇ ਪੈ ਜਾਂਦਾ ਤਾਂ ਉਹਦਾ ਸਾਰਾ ਧਿਆਨ ਉਹਦੇ ਵੱਲ ਲੱਗ ਜਾਂਦਾ, ਉਹ ਟੇਰੀਆਂ ਅੱਖਾਂ ਨਾਲ ਤੱਕਦਾ ਤੱਕਦਾ ਉਹਦੇ ਪਿੱਛੇ ਜਿਵੇਂ ਟੁਰ ਪੈਂਦਾ। ਪਰਤਦਾ ਤਾਂ ਸ਼ੀਨੇ ਕੰਨ ਕੋਲ ਮੂੰਹ ਲਿਜਾ ਕੇ ਖਬਰੇ ਕੀ ਘੁਰ ਘੁਰ ਕਰਦਾ, ਸ਼ੀਨਾ ਜਾਂਦਾ ਅਤੇ ਮੁੰਡੇ ਨੂੰ ਨਾਲ ਲੈ ਕੇ ਪਰਤ ਆਉਂਦਾ, ਤਲੋ ਨਾਲ ਉਹਦੀ ਵਾਕਫੀ ਕਰਾਉਂਦਾ। ਤਲੋ ਉਸ ਵੇਲੇ ਅਸਲੋਂ ਹੀ ਕੋਈ ਹੋਰਵਾਂ ਜਿਹਾ ਬੰਦਾ ਬਣ ਜਾਂਦਾ, ਮੂੰਹ ਬਣਾ ਬਣਾ ਕੇ ਅਗਲੇ ਨਾਲ ਅਜਿਹੀਆਂ ਚੋਪੜੀਆਂ ਚੋਪੜੀਆਂ ਗੱਲਾਂ ਕਰਨ ਲੱਗ ਪੈਂਦਾ ਜਿਵੇਂ ਗੱਲਾਂ ਨਹੀਂ ਲੁੱਤਰੀ ਨਾਲ ਅਗਲੇ ਦੁਆਲੇ ਕੋਈ ਲੇਸਲਾ ਜਾਲਾ ਪਿਆਉਣ ਦਾ ਹੋਵੇ ਜਿਹਦੇ ਵਿੱਚੋਂ ਅਗਲਾ ਲੱਖ ਟਿੱਲ ਵੀ ਪਿਆ ਮਾਰੇ ਤਾਂ ਕਦੀ ਨਾ ਨਿਕਲ ਸਕੇ। ਮੈਂ ਇਹ ਸਾਰਾ ਕੁਝ ਜਿੰਨਾ ਚਿਰ ਅਸੀਂ ਉੱਥੇ ਖਲੋਤੇ ਰਹਿ ਬਹੁ ਹੈਰਾਨੀ ਭਰੀਆਂ ਅੱਖਾਂ ਨਾਲ ਤੱਕਦਾ ਰਿਹਾ ਅਤੇ ਜਦੋਂ ਮੈਂ ਅਤੇ ਸ਼ੀਨਾ ਉੱਥੋਂ ਟੁਰੇ ਮੈਂ ਆਪਣੇ ਆਪ ਨੂੰ ਇੰਨਾ ਹੀ ਆਖਿਆ, ਲੈ ਬਈ ਤੂੰ ਅੱਜ ਤੀਕਰ ਗੁਜਰਾਂ ਵਾਲੇ ਨੂੰ ਹਾਂਡੀਆਂ ਦਾ ਸ਼ਹਿਰ ਹੀ ਜਾਣਦਾ ਸੈਂ, ਹੁਣ ਪਤਾ ਲੱਗਾ ਹੀ ਗੁਜਰਾਂ ਵਾਲੇ 'ਚ ਤਲੋ ਜਿਹਾ ਬਾਥੂ ਵੀ ਉੱਗਦਾ ਹੀ। ਇੱਥੋਂ ਹੀ ਤਲੋ ਨਾਲ ਮੇਰੀ ਗੂੜੀ ਪੈ ਗਈ ਅਤੇ ਅੱਲਾ ਦੀ ਮਿਹਰਬਾਨੀ ਨਾਲ ਮੈਂ ਵੀ BA ਵਿੱਚ ਗੋਡੇ ਗਿੱਟੇ ਰਗੜਨ ਲੱਗ ਪਿਆ, ਰਗੜਦੇ ਹੀ ਸਨ। ਮੈਂ ਸਵੇਰੇ ਘਰੋਂ ਨਿਕਲਦਾ ਅਤੇ ਸਿੱਧਾ ਤਲੋ ਦੇ ਕੁਆਟਰ 'ਤੇ ਅੱਪੜ ਪੈਂਦਾ।
ਅੱਗੇ ਤਾਂ ਲੋਕਲ ਸਾਰੇ ਸ਼ਹਿਰ ਦੀ ਡਾਇਰੀ ਹੁੰਦੀ ਸੀ। ਉਹਨੂੰ ਸ਼ਹਿਰ ਦੇ ਵਾਕਫਾਂ ਵਿੱਚੋਂ ਇੱਕ ਇੱਕ ਦਾ ਪਤਾ ਸੀ ਵੀ ਕਿਹੜਾ ਘਰ ਆਇਆਂ ਗਿਆਂ ਨੂੰ ਕਰੀਮ ਕੌਫੀ ਵਰਤਾਉਂਦਾ, ਕਿਹੜੇ ਘਰੋਂ ਚਾਹ ਨਾਲ ਵਧੀਆ ਕਿਸਮ ਦੇ ਬਿਸਕਿਟ ਖਾਣ ਨੂੰ ਮਿਲਦੇ ਨੇ, ਕਿਹੜੇ ਘਰ ਵਿੱਚ ਪੁਰਾਣੇ ਗ੍ਰਾਮੋਫੋਨ ਤਵਿਆਂ ਦਾ ਖਜ਼ਾਨਾ ਅਤੇ ਕਿਹੜੇ ਘਰ ਵਿੱਚ ਵਧੀਆ ਕਿਤਾਬਾਂ ਦਾ ਭੰਡਾਰ ਹੈ। ਇਸ ਡਾਇਰੀ ਦੇ ਸਿਰ 'ਤੇ ਉਹਨੇ ਮੇਰੇ ਆਉਣ ਤੋਂ ਅਗਦੀ ਮਿੱਥਿਆ ਹੁੰਦਾ ਵੀ ਅੱਜ ਕਿਹੜੇ ਪਾਸੇ ਚੜ੍ਹਾਈ ਕਰਨੀ ਅਤੇ ਕਿਹੜੀ ਲਾਮੇ ਮਾਰ 'ਤੇ ਨਿਕਲਣਾ। ਮੈਂ ਪੜ੍ਹਦਾ ਅਤੇ ਉਹ ਮੈਨੂੰ ਨਾਲ ਲੈ ਕੇ ਛਿੜ ਪਾਉਂਦਾ ਅਤੇ ਫਿਰ ਕਿਸੇ ਨਾ ਕਿਸੇ ਰੱਜ ਪੁੱਜ ਵਾਲੇ ਘਰ ਦਾ ਡਰਾਇੰਗ ਰੂਮ ਜਾ ਖੁਲਵਾਉਂਦਾ। ਸ਼ਾਮ ਨੂੰ ਸ਼ੀਨਾ ਵੀ ਸਾਨੂੰ ਰਲ ਪਾਉਂਦਾ। ਅਸੀਂ ਤਿੰਨੇ ਜਣੇ ਕਿਸੇ ਨਾ ਕਿਸੇ ਚਾਹ ਘਰ ਵਿੱਚ ਜਾ ਵੜਦੇ। ਅੱਗੋਂ ਚਾਹ ਪਿਆਉਣ ਵਾਲਾ ਵੀ ਕੋਈ ਨਾ ਕੋਈ ਘੇਰਿਆ ਜਾਂਦਾ। ਬਸ ਫਿਰ ਚਾਹ ਦੇ ਨਾਲ ਸਿਆਸਤ ਖਰਲ ਹੋਣ ਲੱਗ ਪੈਂਦੀ। ਅਖਬਾਰੀ ਚੜ੍ਹੇ ਬਿਆਨਾਂ ਦੀਆਂ ਫੱਕੀਆਂ ਤਿਆਰ ਹੁੰਦੀਆਂ, ਧੂੜੇ ਉੱਡਦੇ, ਨਾਲ ਬੈਠਿਆਂ ਹੋਇਆਂ ਦੇ ਮੂੰਹ ਸਿਰ ਲਿਬੜ ਜਾਂਦੇ। ਸਾਡੀਆਂ ਅੱਖਾਂ 'ਚ ਵੀ ਕੁਝ ਨਾ ਕੁਝ ਆਣ ਪਾਉਂਦਾ, ਪਰ ਸਾਨੂੰ ਤਾਂ ਪਤਾ ਹੀ ਨਹੀਂ ਸੀ ਲੱਗਦਾ। ਚੋਖਾ ਧੱਲੋ ਅਤੇ ਸ਼ੀਨਾ ਹੀ ਗੱਲਾਂ ਦੇ ਖੂਹ ਗੇੜਦੇ। ਮੈਂ ਚੁੱਪ ਕਰਕੇ ਕੋਲ ਬੈਠਾ ਸੁਰਤ ਜਸਵਾਉਂਦਾ ਰਹਿੰਦਾ। ਉਹਨਾਂ ਗਿਰਬਲਾਂ ਮਾਰ ਮਾਰ ਕੇ ਨਿੱਤ ਨਵੀਆਂ ਛੇੜਾਂ ਛੇੜਨੀਆਂ, ਸਿੱਟੇ ਉਹ ਪੁਰਾਣੇ ਹੁੰਦੇ ਅੱਗੇ ਵਾਲੇ, ਪੱਕ ਪੱਕ ਕੇ ਵੱਟੇ ਹੋ ਗਏ ਹੋਏ। ਮੈਨੂੰ ਚਸ ਵੀ ਆਉਂਦਾ ਉਹਨਾਂ ਦੀ ਲੋਲੋ ਚੱਲਦੀ ਵੇਖ ਕੇ, ਅਤੇ ਬੇਸਵਾਦੀ ਵੀ ਬਥੇਰੀ ਹੁੰਦੀ। ਹਫ਼ਤੇ ਦਸੀਂ ਦਿਨੀ ਉਦੋਂ ਇੱਕ ਪ੍ਰੋਫੈਸਰ ਸਾਹਿਬ ਵੀ ਲਾਹੌਰੋਂ ਸਾਡੇ ਕੋਲ ਅਪਣਨ ਲੱਗ ਪਿਆ ਸਾਂ। ਵਾਹ ਵਾਹ ਸੂਤਰੇ ਹੋਏ, ਥਿੰਦੇ ਥਿੰਦੇ, ਨਜ਼ਰੀਆਤੀ ਜਿਹਾ ਕੰਮ ਸੀ। ਉਂਝ ਵਿੱਚ ਵਿੱਚ ਕਦੀ ਆਰਟ ਅਦਬ ਦੀ ਗੱਲਬਾਤ ਵੀ ਛੋਹ ਲੈਂਦੇ ਸਨ, ਪਰ ਟਿਚਕਰ ਜਾਇਆ ਦੇ ਢੰਗ ਵਿੱਚ। ਉਹ ਆਉਂਦੇ ਅਤੇ ਸਿੱਧੇ ਸ਼ੀਨੇ ਦੇ ਘਰ ਹੀ ਉਤਾਰਾ ਉਤਰਦਾ ਉਹਨਾਂ ਦਾ, ਉੱਥੇ ਹੀ ਸਾਡੀ ਉਹਨਾਂ ਨਾਲ ਬੈਠਕ ਹੁੰਦੀ। ਕਦੀ ਜੇ ਉਹ ਪ੍ਰੋਫੈਸਰ ਹੋਰੀ ਅਚਨਚੇਤੀ ਆਣ ਪਾਉਂਦੇ ਤਾਂ ਧੱਲੋ ਦੀ ਡਿਊਟੀ ਹੁੰਦੀ ਮੈਨੂੰ ਬੈਠਕ 'ਚ ਲੈ ਕੇ ਜਾਣ ਦੀ। ਉਹ ਗਰਕਦਾ ਹਫਿਆ ਆਉਂਦਾ ਮੇਰੇ ਵੱਲ, ਬੜੇ ਹੁਕਮੀ ਢੰਗ ਨਾਲ ਮੈਨੂੰ ਦੱਸਦਾ ਅਤੇ ਫਿਰ ਨਾਲ ਲੈ ਕੇ ਤੁਰ ਪਾਉਂਦਾ। ਮੈਨੂੰ ਚੇਤੇ ਚੰਗੀ ਤਰ੍ਹਾਂ ਬਈ ਉਹ ਇਸ ਬੈਠਕ 'ਤੇ ਲਿਜਾਣ ਲਈ ਮੈਨੂੰ ਕਦੀ ਸਿੱਧੇ ਰਾਹ ਨਹੀਂ ਸੀ ਫੜਦਾ। ਇਸ ਬੈਠਕ 'ਤੇ ਲਿਜਾਣ ਲਈ ਮੈਨੂੰ ਕਦੀ ਸਿੱਧਾ ਸੁਆਰਾ ਰਾਹ ਨਹੀਂ ਸੀ ਫੜਦਾ। ਹਮੇਸ਼ ਸੁੰਜੀਆਂ ਸੁੰਜੀਆਂ ਰਾਵਾਂ ਵੱਲੋਂ ਲੈ ਕੇ ਜਾਂਦਾ। ਉਸ ਵੇਲੇ ਉਹਦਾ ਚਾਲਾ ਅਸਲ ਹੀ ਹੋਰਵਾਂ ਹੋਇਆ ਹੁੰਦਾ, ਜਿਵੇਂ ਬੜਾ ਕੋਈ ਖੁਫੀਆ ਮਿਸ਼ਨ ਹੋਵੇ, ਉਹਨੂੰ ਕਿਸੇ ਨੇ ਬੜੇ ਸ਼ਾਰਟ ਟਾਈਮ ਨੋਟਿਸ ਉੱਤੇ ਸੌਂਪਿਆ ਹੋਵੇ। ਉਹ ਟੁਰਦਾ ਟੁਰਦਾ ਕਈ ਵਾਰ ਖਲੋ ਜਾਂਦਾ, ਉਰਾਂ ਪਰਾਂ ਝਾਕਦਾ ਅਤੇ ਫਿਰ ਮੈਨੂੰ ਟੁਰਨ ਦੀ ਗੁੱਝੀ ਜਿਹੀ ਸਹਿਣਤ ਕਰਦਾ। ਮੇਰੇ ਨਾਲ ਉਹਨੇ ਵਿੱਥ ਪਹਿਲਾਂ ਹੀ ਰੱਖੀ ਹੁੰਦੀ ਸੀ ਟੁਰਨ ਵਿੱਚ। ਮੈਨੂੰ ਸਖ਼ਤ ਆਵਾਜ਼ ਆ ਰਹੀ ਹੁੰਦੀ, ਕਈ ਵਾਰ ਤਾਂ ਮੇਰਾ ਦਿਲ ਕਰਦਾ ਉੱਚੀ ਉੱਚੀ ਹੱਸਣ ਲੱਗ ਪਵਾਂ, ਪਰ ਫਿਰ ਮੈਂ ਸਾਥੀ ਗੈਰ ਜ਼ਿੰਮੇਦਾਰਾਨਾ ਰਵੱਈਆ ਦੀ ਫਿਟਕ ਤੋਂ ਡਰਦਾ ਆਪਣਾ ਹਾਸਾ ਡੱਕ ਲੈਂਦਾ। ਸ਼ੀਨੇ ਦੇ ਘਰ ਦੇ ਨੇੜੇ ਅੱਪੜ ਕੇ ਅਤੇ ਧੱਲੋ ਹੋਰੀ ਧੱਲੋ ਹੋਰ ਵੀ ਜਿਵੇਂ ਚੌਕਸ ਹੋ ਜਾਂਦਾ। ਸ਼ੀਨੇ ਦੇ ਘਰ ਦੇ ਨੇੜੇ ਅੱਪੜ ਕੇ ਅਤੇ ਧੱਲੋ ਹੋਰ ਵੀ ਜਿਵੇਂ ਚੌਕਸ ਹੋ ਜਾਂਦਾ। ਇੱਕ ਦਿਨ ਉੱਥੇ ਅੱਪੜ ਕੇ ਮੈਂ ਉਹਨੂੰ ਆਖ ਹੀ ਦਿੱਤਾ, ਜਾਣਦੇ ਹੋ ਕਾਮਰੇਡ ਜੀ, ਤੁਸੀਂ ਇੰਜ ਹੋ ਜਿਵੇਂ ਬਿੱਲੀਆਂ ਪੈ ਫੜਦੇ। ਉਹ ਮੇਰੇ ਨਾਲ ਗੁੱਸੇ ਹੋ ਗਿਆ ਅਤੇ ਕੇਸ ਪ੍ਰੋਫੈਸਰ ਸਾਹਿਬ ਅਤੇ ਸ਼ੀਨੇ ਦੇ ਅੱਗੇ ਲਿਜਾ ਤਰੇ ਉਸ। ਇਹ ਵੇਖੋ ਜੀ, ਮੀਟਿੰਗ ਦਾ ਮਾਮਲਾ ਹੁੰਦਾ,
ਮੈਨੂੰ ਧਿਆਨ ਕਰਨਾ ਹੀ ਪੈਂਦਾ। ਇੱਕ ਤਾਂ ਸਾਥੀ ਨੂੰ ਇਤਲਾਹ ਕਰੋ, ਨਾਲ ਲਿਆਓ, ਦੂਜਾ ਟਿਚਕਰਾਂ ਸੁਣੋ। ਅੱਗੋਂ ਤੋਂ ਮੈਂ ਨਹੀਂ ਜਾਣਾ ਕਰਨਾ ਸਾਥੀ ਨੂੰ ਲੈਣ। ਖੈਰ ਮੈਂ ਬੜਿਆਂ ਵਕਤਾਂ ਨਾਲ ਉਹਨੂੰ ਮੁੜ ਕੇ ਰਾਜ਼ੀ ਕੀਤਾ। ਉਹ ਪ੍ਰੋਫੈਸਰ ਸਾਹਿਬ ਵੀ ਖੂਬ ਸਨ, ਕੋਈ ਅਜਬ ਜਿਹੀ ਬੋਲੀ ਬੋਲਦੇ ਸਨ। ਬੋਲਦੇ ਵੀ ਕੀ ਸਨ, ਭਾਸ਼ਣ ਹੀ ਝਾੜਦੇ ਸਨ ਲਤੀਨੀ ਜਿਹੀ ਵਿੱਚ। ਮੈਨੂੰ ਤਾਂ ਵਿਰਲੀ ਵਿਰਲੀ ਸਮਝ ਆਉਂਦੀ ਸੀ ਉਹਨਾਂ ਦੇ ਫਰਮੂਦਿਆਂ ਦੀ। ਸ਼ੀਨੇ ਤੇ ਧੱਲੋ ਦਾ ਮੈਂ ਕੁਝ ਆਖ ਨਹੀਂ ਸਾਂ ਸਕਦਾ। ਉਂਝ ਇਹ ਜੋੜਾ ਵੀ ਸੁਣਨ ਤੋਂ ਚੋਖਾ ਸਿਗਰਟਾਂ ਦੀ ਬੰਬ ਕੱਢੀ ਰੱਖਦਾ ਸੀ ਤੇ ਕਮਰਾ ਗੂੜੇ ਨੀਲੇ ਰੰਗ ਨਾਲ ਬਰੀਜ ਜਾਂਦਾ ਸੀ। ਧੱਲੋ ਤੇ ਮੈਂ ਬੀਏ ਦੇ ਖੋਭੇ ਚੋਂ ਮਸਾਂ ਮਰ ਕੇ, ਸਗੋਂ ਆਖਣਾ ਚਾਹੀਦਾ ਦੰਦਾਂ ਦੀਆਂ ਖਾ ਕੇ ਹੀ ਨਿਕਲੇ। ਮੇਰੀ ਅੱਗੇ ਪੜ੍ਹਨ ਦੀ ਪਾਇਆ ਨਹੀਂ ਸੀ, ਟਾਈਪ ਸਿੱਖੀ। ਅੱਬਾ ਜੀ ਨੇ ਅਫਸਰਾਂ ਅਹਿਲਕਾਰਾਂ ਨੂੰ ਜਾ ਸਲਾਮਾਂ ਵਾਹੀਆਂ। ਰੱਬ ਕੀਤਾ ਤੇ ਮੈਨੂੰ ਪੱਕੀ ਸਰਕਾਰੀ ਨੌਕਰੀ ਮਿਲ ਗਈ, ਭਾਵੇਂ ਕਲਰਕੀ ਸੀ, ਟਾਈਪਿਸਟ ਕਲਰਕ। ਸ਼ੀਨਾ ਵੀ ਉਚਰਾਂ ਨੂੰ ਯਾਰਨ ਮਿੱਲ ਵਿੱਚ ਜਾ ਲੱਗਿਆ ਤੇ ਧੱਲੋ ਹੋਰੀ ਰੁਲ ਖੁੱਲ ਕੇ ਲਾ ਕਰ ਆਏ, ਕਚਹਿਰੀਆਂ 'ਚ ਫੱਟਾ ਲਾ ਕੇ ਬਹਿ ਗਏ। ਮਿਲਣ ਗਿਲਣ ਸਾਡਾ ਢਿੱਲਾ ਮੱਠਾ ਟੁੱਟਦਾ ਹੀ ਰਿਹਾ। ਇੱਕ ਦਿਹਾੜੇ ਦਫ਼ਤਰ ਬੈਠਿਆਂ ਮੈਨੂੰ ਧੱਲੋ ਦਾ ਫੋਨ ਆਇਆ, ਰਾਓ ਦੇ ਘਰ ਰੋਟੀ ਏ, ਉਚੇਚਾ ਪੁੱਛਿਆ ਉਸ ਤੇਰਾ, ਮੇਰੇ ਵੱਲ ਹੀ ਆ ਜਾਵੀਂ 6 ਵਜੇ, ਜੇ ਸ਼ਾਮੀ ਸਾਹਿਬ ਨੇ ਘਰ ਨਾ ਸੱਦਿਆ। ਤੇ ਮੈਂ ਆਖਿਆ, ਉਹ ਚੜ ਗਿਆ, ਸਾਹਿਬ ਨੇ ਵੀ ਨਹੀਂ ਫੜਨੀ ਹੈ ਤੇਰੇ ਨਾਲ ਘਰ ਸੱਦ ਕੇ, ਉਹਨੂੰ ਆਖ ਚਾਸੂ ਇੱਥੇ ਹੀ ਫੜ ਫੁੜ ਲਿਆ ਕਰੇ। ਉਹਨੇ ਫੋਨ ਬੰਦ ਕੀਤਾ ਤੇ ਮੈਂ ਮਸ਼ੀਨ 'ਤੇ ਆ ਬੈਠਾ। ਥੱਬਾ ਸਾਰਾ ਚਿੱਠੀਆਂ ਸਨ ਟਾਈਪ ਹੋਣ ਵਾਲੀਆਂ, ਮੈਂ ਛੇਤੀ ਛੇਤੀ ਹੱਥ ਮਾਰਨ ਲੱਗ ਪਿਆ। ਮੇਰਾ ਧਿਆਨ ਹੁਣ ਉਹਦੇ ਨਾਲ ਨਾਲ ਰਾਓ ਵੱਲ ਵੀ ਸੀ। ਇਹ ਰਾਓ ਵੀ ਚੰਗਾ ਝੱਲਿਆ ਹੈ ਇਹਨਾਂ ਨੂੰ, ਸਗੋਂ ਇਹਨੂੰ ਲੰਮੀਆਂ ਚੌੜੀਆਂ ਜ਼ਮੀਨਾਂ, ਪਿਓ ਹੈ ਕੋਈ ਨਹੀਂ, ਪੜ੍ਹਨਾ ਛੱਡ ਕੇ ਚੌਧਰ ਪਿਆ ਗੁਕਾਮਦਾ ਹੈ ਮੌਜ ਨਾਲ, ਏਡੀ ਹੌਲੀ ਉਮਰੇ, ਥਾਣੇ ਕਚਹਿਰੀ ਚੰਗੀ ਪੱਤ ਪ੍ਰਤੀਤ ਬਣਾਈ ਹੋਈ ਸੂ। ਪਿੰਡ ਜਾਣ ਦੀ ਰਾਓ ਨੂੰ ਲੋੜ ਨਹੀਂ, ਜੋ ਕੁਝ ਜ਼ਮੀਨਾਂ ਵਿੱਚ ਹੁੰਦਾ ਰਾਖ ਮੁਜ਼ਾਰੇ ਹੱਥ ਬੰਨ ਕੇ ਆਪ ਹੀ ਹਾਜ਼ਰ ਕਰ ਜਾਂਦੇ ਨੇ। ਰਾਓ ਸ਼ੀਨੇ ਦਾ ਹਾਣੀ ਹੈ, ਦੋਵੇਂ ਇਕੱਠੇ ਪੜ੍ਹਦੇ ਸਨ। ਸ਼ੀਨੇ ਨੇ ਹੀ ਧੱਲੋ ਨੂੰ ਰਾਓ ਨਾਲ ਮਿਲਾਇਆ ਸੀ। ਠਾਕਰਾ ਤੂੰ ਹੈ ਤੇ ਵੈਰੀ, ਕਿਸਾਨਾਂ ਦੀ ਰੱਤ 'ਤੇ ਪਲਿਆ, ਤੈਨੂੰ ਮਿਲਣ 'ਤੇ ਜੀ ਨਹੀਂ ਉਹ ਕਰਦਾ ਵੱਢਿਆ ਹੋਇਆ, ਪਰ ਕੀ ਕਰੀਏ, ਮਾਸਟਰਾਂ ਅੱਗੇ ਇੱਕੋ ਤੱਪੜ ਉੱਤੇ ਚਿੱਥੜ ਘਸਾਉਂਦੇ ਰਹੇ ਹਾਂ। ਸਾਡੀ ਪਾਰਟੀ ਨੂੰ ਚੰਦਾ ਦਿਆ ਕਰ, ਇਨਕਲਾਬ ਆਇਆ ਤਾਂ ਤੈਨੂੰ ਮਾਰਾਂਗੇ ਜ਼ਰੂਰ, ਪਰ ਥੋੜ੍ਹਾ ਛਾਵੇਂ ਕਰਕੇ।